ਇਹ ਜਿਹੜੇ ਸਾਡੇ ਮੁਕਾਬਲੇ 'ਚ ਖੜੇ ਹਨ ਇਹਨਾਂ ਦੀ ਕੋਈ ਹੈਸੀਅਤ ਕੋਈ ਨਹੀਂ ਇਹ ਬਿਲਕੁਲ ਤੁਹਾਡੇ ਪੈਰਾਂ ਦੀ ਖਾਕ ਵੀ ਇਹ ਲੋਕ ਨਹੀਂ ਬਣਦੇ ਤੁਸੀਂ ਜਿਹਨਾਂ ਦਾ ਨਾਰਾ ਲਾਉਂਦੇ ਹੋ ਗੱਲ ਵਿੱਚ ਹੋਰ ਐ ਵੇ ਹਾਂਜੀ ਇਹਨਾਂ ਨੂੰ ਕਿਆਮਤ ਨੂੰ ਵੀ ਪਤਾ ਲੱਗ ਜਾਣਾ ਜਦੋਂ ਲਬੈਕ ਦਾ ਨਾਰਾ ਲੱਗੇਗਾ ਨਾ ਉਸ ਦਿਨ ਫਿਰ ਲੋਕ ਕਹਿਣਗੇ ਅਸੀਂ ਪੁੱਛਾਂਗੇ ਦੱਸੋ ਜੀ ਅੱਜ ਸਿਆਸੀ ਨਾਰਾ ਆਲਾ ਹਜ਼ਰਤ ਵੀ ਆ ਜਾਣਗੇ ਇਮਾਮੇ ਰੱਬਾਨੀ ਵੀ ਆ ਜਾਣਗੇ ਹਾਂਜੀ ਸੁਲਤਾਨ ਉਲ ਹਿੰਦ ਵੀ ਆ ਜਾਣਗੇ ਇਮਾਮ ਆਜ਼ਮ ਅਬੂ ਹਨੀਫਾ ਵੀ ਆ ਜਾਣਗੇ ਕਹਿਣਗੇ ਉਹ ਲੱਬੈਕ ਵਾਲਿਆਂ ਨੂੰ ਬੁਲਾਓ ਨਾ ਕਿਤਨੇ ਮੁਸ਼ਕਿਲ ਵਕਤ 'ਚ ਹਜ਼ੂਰ ਦੀ ਇੱਜ਼ਤ ਤੇ ਪੈਰਾ ਦਿੱਤਾ ਫਿਰ ਹਜ਼ੂਰ ਦੀ ਬਾਰਗਾਹ ਵਿੱਚ ਜਦੋਂ ਲੱਬੈਕ ਵਾਲੇ ਜਾਣਗੇ ਨਾ ਤੇ ਹਜ਼ੂਰ ਫਰਮਾਣਗੇ ਉਹਨਾਂ ਨੂੰ ਵੀ ਮੇਰੇ ਸਾਹਮਣੇ ਇੱਕ ਵਾਰੀ ਲਿਆਓ ਜਿਹੜੇ ਲੱਬੈਕ ਨੂੰ ਸਿਆਸੀ ਕਹਿੰਦੇ ਸਨ ਫਿਰ ਅਸ਼ਰ ਕੋ ਹੋਗਾ ਇਹ ਮਾਲੂਮ ਲੇਕਿਨ ਉਸ ਵਕਤ ਦਾ ਹਜ਼ੂਰ ਕੋਈ ਫਾਇਦਾ ਨਹੀਂ ਨਾ ਆਜ ਲੈ ਇਨਕੀ ਪਨਾਹ ਅੱਜ ਸਾਡੀ ਦਾਵਤ ਹੈ ਹਰ ਬੰਦੇ ਨੂੰ ਕਿ ਸਾਰਿਆਂ ਦੀ ਤਰਫ ਥੁੱਕ ਕੇ ਹਜ਼ੂਰ ਦੀ ਤਰਫ ਆਓ ਇਹ ਨਾ ਹੋਵੇ ਕਬਰ ਚ ਹਜ਼ੂਰ ਰੁਖ ਅਨਵਰ ਦੂਸਰੀ ਤਰਫ ਕਰ ਦੇ ਕਿ ਤੇਰੇ ਨਜ਼ਦੀਕ ਤੋਂ ਮੇਰਾ ਨਾਮ ਲੈਣਾ ਵੀ ਸਿਆਸਤ ਥਾ ਜਿਤਨੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੱਦ ਹੋ ਗਈ ਸਾਥ ਦੇਣ ਦੀ ਹਜ਼ੂਰ ਇਹ ਮੌਲਾਨਾ ਸਾਡੇ ਦੀ ਦਾਦੀ ਏ ਉਹ ਚਾਰ ਪਾਈ ਉੱਤੇ ਉਹਨੇ ਹੱਥਾਂ 'ਚ ਵੀ ਰਸ਼ ਹੈ ਬੜੀ ਉਮਰ ਦੀਆਂ ਤੇ ਉਹਨਾਂ ਕਿਹਾ ਮੇਰੀ ਚਰਪਾਈ ਲੈ ਚਲੋ ਵੋਟ ਵਾਸਤੇ ਔਰ ਆਪਣੀ ਪੋਤੀ ਨੂੰ ਨਾਲ ਲੈ ਕੇ ਗਈਆਂ ਕਿ ਤੁਸੀਂ ਮੇਰਾ ਹੱਥ ਪਕੜ ਕੇ ਮੋਹਰ ਲਾਣੀ ਸੁਣਿਆ ਇਸ ਮੋਹਰ ਦੇ ਜ਼ਰੀਏ ਹਜ਼ੂਰ ਦਾ ਦੀਨ ਆਣਾ ਜਦੋਂ ਬੁੱਢਿਆਂ ਬੱਤੇ ਜਿਹੜੇ ਜਿਹਨਾਂ ਦੇ ਹੱਥ ਵੀ ਰਾਸ਼ਾ ਕਰ ਰਹੇ ਹੋਣ ਚਰਪਾਈ ਤੇ ਪਏ ਹੋਣ ਉਹਨਾਂ ਵਿੱਚ ਦੀਨ ਦਾ ਇਤਨਾ ਜਜ਼ਬਾ ਹੋ ਜਾਏ ਤਾਂ ਉਸ ਤਾਰੀਖ ਕੋਈ ਹਰਾ ਸਕਦਾ ਹੈ ਜਾਂ ਉਸ ਤਾਰੀਖ ਕੇ ਮਿਸ਼ਨ ਸੇ ਕੋਈ ਬੰਦਾ ਪਿੱਛੇ ਹਟ ਸਕਦਾ ਹੈ ਹਮਾਰਾ ਇੱਕ ਔਰ ਰਿਸ਼ਤੇਦਾਰ ਹੈ ਉਸਕਾ ਨਾਮ ਹੈ ਵਲਾਇਤ ਅਲੀ ਖਾਨ ਹਜ਼ੂਰ ਚਾਰ ਬੰਦੇ ਉਹਨੂੰ ਚੁੱਕ ਕੇ ਲੈ ਗਏ ਹਾਂਜੀ ਉਹਨੇ ਕਿਹਾ ਬਾਈ ਮੇਰੇ ਬਾਰੇ ਕਹਿਣ ਲੱਗੇ ਮੈਂ ਉਹਨੂੰ ਪੁੱਛਣ ਵੀ ਕਦੇ ਨਹੀਂ ਗਿਆ ਇਤਨਾ ਬਿਮਾਰ ਹੈ ਮੇਰੀ ਮਸਰੂਫੀਅਤ ਆਪਣੀਆਂ ਲੇਕਿਨ ਉਹਨਾਂ ਦਾ ਮੇਰੇ ਨਾਲ ਮੁਹੱਬਤ ਇਤਨੀ ਹੈ ਉਹ ਮੇਰਾ ਰਿਸ਼ਤੇਦਾਰ ਕਹਿਣ ਲੱਗਾ ਕਿ ਮੈਨੂੰ ਚੁੱਕ ਕੇ ਲੈ ਜਾਓ ਸੁਣਿਆ ਕਿ ਮੌਲਾਨਾ ਕਹਿੰਦੇ ਨੇ ਇਸ ਪਰਚੀ ਦੇ ਜ਼ਰੀਏ ਦੀਨ ਆਣਾ ਚਾਰ ਬੰਦੇ ਹਜ਼ੂਰ ਉਹਨੂੰ ਚੁੱਕ ਕੇ ਲੈ ਗਿਆ ਉਹਨੇ ਮੋਹਰ ਲਾਈ ਔਰ ਮੈਂ ਕਿਤਨਾ ਅਰਸਾ ਉਹ ਬਿਮਾਰ ਹੈ ਮੈਂ ਉਹਨੂੰ ਕਦੇ ਪਿੰਡ ਜਾਵਾਂ ਪੁੱਛਣ ਵੀ ਕਦੇ ਨਹੀਂ ਗਿਆ ਲੇਕਿਨ ਇਸ ਦੇ ਬਾਵਜੂਦ ਉਹਨਾਂ ਲੋਕਾਂ ਵਫਾ ਕੀਤੀ ਫਿਰ ਉਹਨਾਂ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਨੇ ਪਤਾ ਕੀ ਕਿਹਾ ਉਹਨਾਂ ਕਿਹਾ ਅਸੀਂ ਮਰ ਜਾਵਾਂਗੇ ਜੇ ਸਾਡੇ ਪਿੰਡ 'ਚ ਨੂਨ ਲੀਗ ਜਿੱਤੇ ਯਾ ਜਿੱਤੇ ਇਮਰਾਨ ਫਿਰ ਦੁਨੀਆ ਤੇ ਮੌਲਾਨਾ ਦੀ ਇੱਜ਼ਤ ਕੀ ਰਹਿਣੀ ਕਿ ਉਹਨਾਂ ਦੇ ਪਿੰਡ ਵਿੱਚੋਂ ਜਿੱਤ ਗਏ ਪੂਰੇ ਇਲਾਕੇ ਦੇ ਲੋਕਾਂ ਨੇ ਕਿਹਾ ਬੱਚੇ ਲੱਗਦੇ ਉਸ ਪਿੰਡ 'ਚੋਂ ਜਿੱਤ ਕੇ ਵਿਖਾਓ ਇਮਰਾਨ ਨੂੰ ਮਿਲੇ 87 ਵੋਟ ਇਹ ਦੂਸਰੇ ਗੰਜ ਨੂੰ ਮਿਲੇ 117 ਤੇ ਸਾਨੂੰ ਮਿਲੇ 1400 ਹਾਲਾਂਕਿ ਹਜ਼ੂਰ ਮੈਂ ਕਦੀ ਸਲਾਮ ਵੀ ਨਹੀਂ ਲਿਆ ਆਪਣੇ ਪਿੰਡ ਦੇ ਲੋਕ ਟਾਈਮ ਹੀ ਨਹੀਂ ਆਉਂਦਾ ਬਸ ਆ ਮੈਂ ਦੂਰੋਂ ਹੀ ਕਰਦਾ